ਕਿਉਂਕਿ ਕੇਜਰੀਵਾਲ ਨੂੰ ਆਪਾਂ ਕੀ ਸਮਝ ਰਹੇ, ਕੇਜਰੀਵਾਲ ਜਿਹੜਾ ਹੈ ਨਾ ਉਹ ਬੰਦਾ ਇੱਕ ਆਰਐਸਐਸ ਦਾ ਪਾਰਟ ਆ। ਜਿਹੜਾ ਵੀ ਲੀਡਰ ਉੱਠ ਰਿਹਾ ਵਾ ਜਾਂ ਉੱਠੇ ਹੋਏ ਲੀਡਰ ਨੇ, ਉਹਨਾਂ ਦਾ ਜਦੋਂ ਵੀ ਲੀਡਰ ਉੱਥੇ ਪਹੁੰਚਦਾ ਵਾ ਉਹਨੂੰ ਸਿਰਫ ਆਪਣਾ ਘਰ ਦਾ ਆਪਣੇ ਪ੍ਰੋਪਰਟੀ ਬਣਾਉਣ ਵੱਲ ਹੀ ਧਿਆਨ ਆ। ਰੈਲੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਧਰਨੇ ਲਾਉਣੇ ਸ਼ੁਰੂ ਕਰ ਦਿੱਤੇ, ਕਿਉਂਕਿ ਜਦ ਮੌਕਾ ਸੀ ਉਸ ਟਾਈਮ ਇਹਨਾਂ ਨੇ ਕੋਈ ਵੀ ਸਟੈਪ ਜਿਹੜਾ ਨਹੀਂ ਚੁੱਕਿਆ। ਇਹਦੇ 'ਚ ਬਹੁਤ ਗੰਭੀਰ ਕੋਈ ਹੈਗਾ ਇਹੋ ਜਿਹੀ ਸਾਜਿਸ਼ ਹੈਗੀ ਹੈ ਜਿਹਦੇ ਨਾਲ ਇਹ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬਹੁਤ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਆ। ਇਸ ਦੇ ਨਾਲ ਨਾਲ ਮੈਂ ਕਿਸਾਨਾਂ ਨਾਲ ਵਾਅਦਾ ਕਰਦਾ ਕਿ ਜਿੱਦਣ ਸਾਡੀ 2022 ਦੇ ਵਿੱਚ ਸਰਕਾਰ ਬਣਦੀ ਹੈ ਉਸ ਟਾਈਮ 'ਤੇ ਸਭ ਤੋਂ ਪਹਿਲ ਦੇ ਆਧਾਰ 'ਤੇ ਜਿਹੜਾ ਅਸੀਂ ਇਹਦਾ ਵਿਧਾਨ ਸਭਾ ਦੇ ਵਿੱਚ ਜਿਹੜਾ ਮਤਾ ਪਾਸ ਕਰਕੇ ਜਿਹੜੇ ਕਾਲੇ ਕਾਨੂੰਨ ਕੇਂਦਰ ਸਰਕਾਰ ਵੱਲੋਂ ਜਿਹੜੇ ਬਣਾਏ ਗਏ ਉਹਨਾਂ ਨੂੰ ਰੱਦ ਕਰਾਂਗੇ। ਬੱਦੀ ਸ਼ਬਦਾਵਲੀ ਬੋਲ ਰਹੇ ਔਰ ਜਿਹੜੇ ਦਲਿਤ ਸਮਾਜ ਦੇ ਨਾਲ ਇਹ ਧੱਕੇਸ਼ਾਹੀ ਕਰ ਰਹੇ ਆ, ਇਹਨਾਂ ਦਾ ਜਿਹੜਾ ਬਹੁਤ ਗੰਭੀਰ ਨਤੀਜਾ ਇਹਨਾਂ 2022 ਦੇ ਵਿੱਚ ਇਹਦਾ ਸਾਹਮਣੇ ਆਏਗਾ ਕਿ ਡੁੱਬਦਾ ਜਹਾਜ਼ ਨੇ, ਡੁੱਬਦੇ ਜਹਾਜ਼ ਵੱਲ ਤੁਹਾਨੂੰ ਜਾਣ ਦੀ ਲੋੜ ਨਹੀਂ, ਚੜ੍ਹਦਾ ਸੂਰਜ ਵੱਲ ਨੂੰ ਤੁਸੀਂ ਕਦਮ ਚੁੱਕੋ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਸਾਂਝ ਟੀਵੀ। ਸਾਂਝ ਟੀਵੀ 'ਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ, ਸਨੀ ਸੋਹਤਾ। ਤਾਂ ਅੱਜ ਤੁਹਾਨੂੰ ਮੁੱਦਾ ਲੈ ਕੇ ਜਿਹੜੇ ਆਪਾਂ ਚੱਲੇ ਹਾਂ ਕਿ ਜਿਹੜਾ 2022 ਦੇ ਇਲੈਕਸ਼ਨ ਹੋਣ ਵਾਲੇ ਆ, 2022 'ਚ ਜਿਹੜੀਆਂ ਸਰਕਾਰਾਂ ਆਉਣ ਵਾਲੀਆਂ ਕਿੱਦਾਂ ਦੀਆਂ ਉਹ ਸਰਕਾਰਾਂ ਹੋਣਗੀਆਂ ਜਾਂ ਕਿੱਦਾਂ ਦੇ ਇਹ ਜਿਹੜੇ, ਹਾਲਾਂਕਿ ਤੁਹਾਨੂੰ ਇੱਥੇ ਵੀ ਦੱਸ ਦਈਏ ਕਿ ਜਿਹੜੇ ਪਿਛਲੇ ਦਿਨਾਂ ਤੋਂ ਜਿਹੜਾ ਕਿਸਾਨਾਂ ਦਾ ਜਿਹੜਾ ਧਰਨਾ ਹੈਗਾ ਵਾ ਲਗਾਤਾਰ ਜੋ ਅੱਜ ਲਗਾਤਾਰ ਹੋ ਗਏ ਨੇ, ਉਹ ਕਿਸਾਨ ਵਿਚਾਰੇ ਜਿਹੜੇ ਸੜਕਾਂ 'ਤੇ ਰੁਲਦੇ ਪਏ ਨੇ, ਸੜਕਾਂ 'ਤੇ ਵਿਚਾਰੇ ਆਏ। ਕਿਸਾਨ ਜਿਹੜਾ ਹੁੰਦਾ ਵਾ ਕਿਤੇ ਨਾ ਕਿਤੇ ਉਹਨੂੰ ਕਿਹਾ ਜਾਂਦਾ ਵਾ ਕਿ ਜਿਹੜਾ ਅੰਨਦਾਤਾ ਵਾ, ਅੰਨਦਾਤਾ ਹੀ ਜਿਹੜਾ ਸੜਕਾਂ 'ਤੇ ਰੁਲਦਾ ਕਿ ਪੰਜਾਬ ਦਾ ਕੀ ਹਾਲ ਹੋਏਗਾ। ਇਸ ਤਰ੍ਹਾਂ ਦੇ ਜਿਹੜੇ ਮੁੱਦੇ ਹੈਗੇ ਆ, ਹੋਰ ਵੀ ਕਾਫੀ ਜਿਹੜੇ ਮੁੱਦੇ ਹੈਗੇ ਨੇ ਉਹਨਾਂ 'ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਅਖਿਲ ਭਾਰਤੀ ਸੰਘਰਸ਼ ਦਲ ਦੇ ਰਾਜਨੀਤਿਕ ਕੌਮੀ ਪ੍ਰਧਾਨ ਜਿਹੜੇ ਹੈਗੇ ਨੇ ਸਰਦਾਰ ਬਲਦੇਵ ਸਿੰਘ ਰਠੌਲ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਕਿਸ ਤਰ੍ਹਾਂ ਇਹ ਸਾਰਾ ਉਹਨਾਂ ਨੂੰ 2022 'ਚ ਜਿਹੜਾ ਹੈਗਾ ਵਾ ਆਪਣੇ ਵੱਲੋਂ ਜਿਹੜਾ ਉਹਨਾਂ ਮੁੱਖ ਮੰਤਰੀ ਦਾ ਜਿਹੜਾ ਅਹੁਦਾ ਰੱਖਿਆ ਵਾ ਕਿ ਮੁੱਖ ਮੰਤਰੀ ਬਣਾਉਣ ਦਾ ਜਿਹੜਾ ਦਾਅਵਾ ਰੱਖਿਆ ਵਾ, ਕਿਸ ਤਰ੍ਹਾਂ ਦਾ ਇਹ ਦਾਅਵਾ ਹੋਏਗਾ, ਗੱਲਬਾਤ ਕਰਨ ਜਾ ਰਹੇ ਹਾਂ ਸਰ ਰਠੌਲ ਜੀ ਨਾਲ, ਸਰਦਾਰ ਰਠੌਲ ਜੀ ਨਾਲ। ਸਰ, ਪਹਿਲਾਂ ਤਾਂ ਸਵਾਗਤ ਆ ਜੀ ਤੁਹਾਡਾ ਸਾਂਝ ਟੀਵੀ 'ਚ। ਧੰਨਵਾਦ ਜੀ। ਸਰ, ਕਿਸ ਤਰ੍ਹਾਂ ਕਿਉਂ ਤੁਹਾਨੂੰ ਲੋੜ ਪਈ ਹੈ ਕਿ ਇਹ ਆਪਣੀ ਪਾਰਟੀ ਬਣਾਉਣ ਦੀ? ਪਾਰਟੀਆਂ ਤਾਂ ਜਿਸ ਤਰ੍ਹਾਂ ਬੈਂਸ ਬ੍ਰਦਰ ਨੇ ਲਗਾ ਲਈ ਹੈ, ਪੰਜਾਬ ਦੇ ਵਿੱਚ ਕਿੰਨੀਆਂ ਕੁ ਪਾਰਟੀਆਂ ਬਣੀਆਂ, ਕਿਸ ਤਰ੍ਹਾਂ ਸਮਝਦੇ ਹੋ? ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਲੰਬੇ ਸਮੇਂ ਤੋਂ 73 ਸਾਲ ਹੋ ਗਏ ਆ, ਇਸ ਵਾਰੀ ਅਸੀਂ 74ਵਾਂ ਸਾਲ ਮਨਾਇਆ ਗਿਆ ਹੈ। ਲੇਕਿਨ ਜੋ ਸਮਾਜ ਦੀਆਂ ਜਿਹੜੀਆਂ ਨੀਡੀ ਜ਼ਰੂਰਤਾਂ ਨੇ, ਜਿਨ੍ਹਾਂ ਦੀ ਲੋੜ ਹੈਗੀ ਸਮਾਜ ਨੂੰ, ਉਹਨਾਂ ਵੱਲ ਕਿਸੇ ਵੀ ਪਾਰਟੀ ਦਾ ਜਿਹੜਾ ਧਿਆਨ ਨਹੀਂ ਕੀਤਾ ਜਾ ਰਿਹਾ। ਜਿਹੜਾ ਵੀ ਲੀਡਰ ਉੱਠ ਰਿਹਾ ਵਾ ਜਾਂ ਉੱਠੇ ਹੋਏ ਲੀਡਰ ਨੇ, ਉਹਨਾਂ ਦਾ ਜਦੋਂ ਵੀ ਲੀਡਰ ਉੱਥੇ ਪਹੁੰਚਦਾ ਵਾ ਉਹਨੂੰ ਸਿਰਫ ਆਪਣਾ ਘਰ ਦਾ ਆਪਣੇ ਪ੍ਰੋਪਰਟੀ ਬਣਾਉਣ ਵੱਲ ਹੀ ਧਿਆਨ ਆ, ਜਦਕਿ ਜਿਹੜੀਆਂ ਲੋੜਾਂ ਨੇ ਸਮਾਜ ਦੀਆਂ ਲੋੜਾਂ, ਉਹਨਾਂ ਵੱਲ ਕਿਸੇ ਵੀ ਲੀਡਰ ਦਾ ਧਿਆਨ ਨਹੀਂ ਹੋ ਰਿਹਾ। ਅਸੀਂ ਇਹ ਚੀਜ਼ਾਂ ਨੂੰ ਵੇਖਦੇ ਹੋਇਆ ਜਿਹੜਾ ਵੇਖਿਆ ਕਿ ਜਦ ਤੱਕ ਇਹ ਪਾਰਟੀ ਅਸੀਂ ਸੰਗਠਨ ਕੀਤਾ ਪਾਰਟੀ ਦਾ 2002 ਦੇ ਵਿੱਚ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੋਂ ਆਈ ਸੀ, ਰਜਿਸਟਰਡ ਕੀਤੀ ਗਈ ਸੀ, ਔਰ ਉਸ ਲੰਬੇ ਸਮੇਂ ਦੇ ਪੀਰੀਅਡ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਵਾਚ ਕਰਦੇ ਕਰਦੇ ਅੱਜ ਜਿਹੜਾ ਅਸੀਂ 2022 ਵਾਸਤੇ ਫੁੱਲ ਫਲੈਸ਼ ਜਿਹੜਾ 117 ਸੀਟਾਂ 'ਤੇ ਪੰਜਾਬ ਦੇ ਵਿੱਚ ਜਿਹੜਾ ਇਲੈਕਸ਼ਨ ਲੜਾਉਣ ਲਈ ਜਾ ਰਹੇ ਹਾਂ। ਔਰ ਮੈਂ ਸਾਡੀ ਨੈਸ਼ਨਲ ਕਮੇਟੀ ਦਾ ਵੀ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਮੁੱਖ ਮੰਤਰੀ ਦਾਅਵੇ ਵਾਸਤੇ ਜਿਹੜਾ ਅਹੁਦੇ ਵਾਸਤੇ ਜਿਹੜਾ ਉਹਨਾਂ ਨੇ ਅਨਾਊਂਸ ਕੀਤਾ ਹੈ। ਇਹਨੂੰ ਮੈਂ ਬਾਖੂਬੀ ਜਿਹੜਾ ਤਨ ਮਨ ਦੇ ਨਾਲ ਜਿਹੜੀ ਹੈ ਪੰਜਾਬ ਦੀ ਜਨਤਾ ਦੀ ਸੇਵਾ ਕਰਾਂਗਾ। ਔਰ ਸਭ ਤੋਂ ਪਹਿਲਾਂ ਜਿਹੜੀਆਂ ਰੋਟੀ ਕੱਪੜਾ ਔਰ ਮਕਾਨ, ਤਿੰਨ ਚੀਜ਼ਾਂ ਦੀ ਲੋੜ ਜਿਹੜੀ ਸਮਾਜ ਨੂੰ ਸਭ ਤੋਂ ਜ਼ਿਆਦਾ ਹੈ, ਉਹਨੂੰ ਮੈਂ ਸਭ ਤੋਂ ਪਹਿਲ ਦੇ ਕੇ ਪਹਿਲ ਦੇ ਆਧਾਰ 'ਤੇ ਜਿਹੜਾ ਅਸੀਂ ਇਹਨੂੰ ਕਰਾਂਗੇ ਜੀ। ਗੱਲ ਕਰ ਲਈਏ ਜਿਹੜੇ ਕਿਸਾਨ ਨੇ ਵਿਚਾਰੇ ਜਿਹੜੇ ਹੈਗੇ ਨੇ, ਇਹ ਕਾਫੀ ਲੰਬੇ ਸਿਰ ਤੋਂ ਜਿਹੜੀਆਂ ਹੈਗੀਆਂ ਨੇ, ਇਹਨਾਂ ਦੀਆਂ ਮੰਗਾਂ ਕਾਫੀ ਜਾਇਜ਼ ਵੀ ਨੇ, ਕੀ ਲੱਗਦਾ ਤੁਹਾਨੂੰ ਕਿ ਜਿਹੜੀਆਂ ਇਹਨਾਂ ਦੀਆਂ ਮੰਗਾਂ, ਜਿਹੜੇ ਹੁਣ ਬਿੱਲ ਪਾਸ ਹੋਇਆ ਵਾ, ਇਹ ਜਾਇਜ਼ ਆ ਨਾਜਾਇਜ਼ ਆ? ਜਦਕਿ ਬੀਜੇਪੀ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਅਕਾਲੀ ਦਲ ਹੈਗੇ ਸੀ ਉਸ ਟਾਈਮ 'ਤੇ ਮੌਜੂਦ ਸੀ, ਕਿਸ ਤਰ੍ਹਾਂ ਸਮਝਦੇ ਹੋ ਇਹਨੂੰ ਕਿ ਅਕਾਲੀ ਦਲ ਨੇ ਧੋਖਾ ਕੀਤਾ ਹੈ ਆਪਣਾ ਪੰਜਾਬ ਦੇ ਨਾਲ? ਦੇਖੋ ਜੀ, ਜਦ ਮੌਜੂਦਾ ਇੱਕ ਸਰਕਾਰ ਦੇ ਵਿੱਚ ਕੈਬਨਿਟ ਮਿਨਿਸਟਰ ਬੈਠਾ ਸੀ, MP ਬੈਠਾ ਹੋਇਆ ਸੀ, ਲੇਕਿਨ ਉੱਥੇ ਇਹਨਾਂ ਨੇ ਅਕਾਲੀ ਦਲ ਨੇ ਕੋਈ ਵੀ ਗੱਲ ਨਹੀਂ ਕੀਤੀ ਬੀਜੇਪੀ ਦੇ ਜਿਹੜੇ ਉੱਥੇ ਮਿਨਿਸਟਰੀ ਦੇ ਨਾਲ ਜਾਂ ਪ੍ਰਧਾਨ ਮੰਤਰੀ ਦੇ ਨਾਲ ਵੀ ਜਿਹੜਾ ਇਹ ਤੁਸੀਂ ਕਰ ਰਹੇ। ਬੀਬਾ ਜੀ ਤਾਂ ਅਜੇ ਵੀ ਕਹਿ ਰਹੇ ਨੇ ਕਿ ਮੈਨੂੰ ਜਿਹੜੀ ਉਹ ਲੈਟਰ ਸੀ ਜਾਂ ਲੈਟਰ ਮੈਨੂੰ ਪੜ੍ਹਾਈ ਨਹੀਂ ਗਈ। ਤੁਸੀਂ ਸਮਝ ਦਿਓ ਇਹ ਗੱਲ ਨਾਲ, ਰਾਜ਼ੀ ਹੋ ਕਿ ਵਾਕਈ ਉਹ ਲੈਟਰ ਬਿਨਾਂ ਸਮਝਿਓ ਜਾਂ ਸਾਈਨ ਹੋ ਗਏ ਹੋਣ ਜਾਂ ਮਤਾ ਪਾਸ ਹੋ ਗਿਆ ਹੋਵੇ?
क्योंकि एक कैबिनेट ये गल कैबिनेट मिनिस्टर ये गल बोल नहीं सकता कि बिना पढ़े तो उन्होंने साइन किए हो बिना सह जे पढ़े तो कोई भी कैबिनेट मिनिस्टर जिहड़ा अपने साइन नहीं करता। जबकि एक पंजाब का एक बहुत वड्डा गंभीर मुद्दा है जिहड़ा किसानों का उहदे विच सिर्फ तो सिर्फ इन्होंने अपनी कुर्सी जिहड़ी है उन्हें बचाउण वास्ते पहला चुप्पी साधी रही, लेकिन जदों वेख्या कि हुण किसानां ने जिहड़ा इन्हां ते बिल्कुल हावी हो गए ने, इन्हां ने फिर अपनी कुर्सी बचाउण वास्ते कि सानूं पंजाब च किसे पिंडां च वड़न नहीं दिता जाणा, और उस टाइम ते इन्हां ने इस्तीफे दित्ते। उस तो बाद आपां वेख रहे कि आके हुण इन्हां ने ड्रामेबाजी शुरू कर दित्ती, जाके रैलियां कढ़णियां शुरू कर दित्तियां, धरने लाउणे शुरू कर दित्ते, क्योंकि जद मौका सी उस टाइम इन्हां ने कोई भी स्टैप जिहड़ा नहीं चुक्किया। इस दे नाल नाल जिहड़ा आपां वेख रहे कि किसानां दा जिहड़ा हुण कह जिहड़ी बीजेपी पार्टी है वह कह रही है जी किसानां दी असीं दुगणी आमदन करना करांगे जां उहनां दे फायदे वास्ते आ। अगर कोई चीज़ लैणा नहीं चाह रहा आपां उहदे ते जबरदस्ती क्यों थोप रहे हैं? सब तो वड्डा सवाल यह आ कि जद किसान चाहुंदे आ कि सानूं इहो जी कोई सहूलत ना दित्ती जावे, असीं नहीं लैणा चाह रहे, लेकिन फिर भी उहनां ते जबरदस्ती कह रहे नहीं जी तुहानूं फायदा हो रहा, जद सानूं फायदा नहीं हो रहा असीं क्यों उहनूं जबरदस्ती जिहड़ा उहनां ते थोप रहे आ। इहदे विच साफ जाहिर है कि जिहड़ी इहनां ने कानून काला कानून जिहड़ा कीता वा इहदे च बहुत गंभीर कोई हैगा इहो जी साजिश हैगी आ जिहदे नाल इह किसानां नूं आउण वाले समें दे विच जिहड़ा बहुत गंभीर नतीजे भुगतने पै सकदे आ। मैं किसानां दा बहुत धन्नवाद करदा कि जिहदे जिहड़े अपने हाकां वास्ते अड़े होए ने और इस तरीके नाल अड़े रहन ता कि जद तक ये काले कानून वापस नहीं होंदे ये अपनी जिहड़ी आ जिहड़ी अंदोलन है उहनूं बंद ना करन। इस दे नाल नाल मैं किसानां नाल वादा करदा कि जिद्दन साडी 2022 दे विच सरकार बणदी है उस टाइम ते सब तो पहल दे आधार ते जिहड़ा असी इहदा विधानसभा दे विच जिहड़ा मता पास करके जिहड़े काले कानून केंद्र सरकार वल्लों जिहड़े बणाए गए उहनां नूं रद्द करांगे। जेकर गल कर लईए आपां किसानां दी, किसान तां विचारे शुरू तो ही हुण गल करदे आं आपां जिस तरह पिछले दिनी तुसीं लगा लईए कि यूपी दे विच मनीषा नाम दी जिहड़ी लड़की सी दलित परिवार दी जिहड़ी लड़की हैगी सी, किस तरह समझदे हो उहनूं कि दलित परिवार दे जिहड़े ठाकुर वल्लों एक बयान दिता गया जो कि सरकार वल्लों एक बयान दिता गया कि ठाकुरां दा जिहड़ा खून हुंदा वा किते ना किते गर्म हुंदा पर इहनूं पंजाब दे लोकां दा खून दा पता नहीं लगा, दलित परिवारां दे लोकां दा खून दा पता नहीं लगा, किस तरह समझदे हो इहनूं? देखो जी मैं सब तो पहले तो यह कहांगे कि बेटी चाहे किसी भी कास्ट की होवे किसी भी धर्म नाल रिलेटड होवे बेटियां सब दियां सांझियां ने, लेकिन जिहड़ी इस तरह की भद्दी शब्दावली जिहड़ी है ठाकुर ने उन्हें बोली है ये बहुत ही मंदभागी है। सीएम होवे अपनी पार्टी का बीजेपी पार्टी का सीएम होवे उन्हें इस तरह की शब्दावली कहीं ना कहीं यूज़ करनी चाहिए है, बिल्कुल गलत है। जो इस चीज़ का नतीजा इन्हों 2022 दे विच जरूर भुगतना पएगा, क्योंकि जो ये बद्दी शब्दावली बोल रहे और जिहड़े दलित समाज के नाल धक्केशाही कर रहे हैं इन्हों का जिहड़ा बहुत गंभीर नतीजा इन्हों 2022 दे विच इहदा सामने आएगा और इन्हों नूं उहदी जिहड़ी सज़ा भुगतनी पएगी। बेजुगारां की गल कर लईए, बजुर्गों की गल कर लईए, विधवा की गल कर लईए, तुहाडी पार्टी वालों की एजेंडा होएगा जी, किस तरह के उन्हां वास्ते संजोग तुहाडे वालों होणगे जी? विधवा अपाहिज और बुजुर्ग जिहड़े ने उन्हां वास्ते आपां देख रहे कि सरकारां की करदियां रवायती पार्टियां उन्हां नूं 500 रुपया दे रहीआं, जदकि उक जिहड़ी एक बहुत ही शर्म वाली गल है कि 500 रुपए दे नाल तां एक टाइम दी जिहड़ी दवाई लैण जदों जाईए तां 500 रुपया खत्म हो जांदा है, इह बहुत मंदभागी घटनावां। इहदे वास्ते असी जिहड़ा वा साडी सरकार बणदे असी घट तो घट अपने एजेंडे दे विच इही दित्ता कि 3000 रुपया जिहड़ी पेंशन होएगी, अगर उस तो बाद अगर फंड वेखांगे सरकार दे वधिया अगे वधिया ते असी उहनूं 5000 जां इस तों वध वी करांगे। किते ना किते जिहड़ी तुहाडी सोच हैगी है केजरीवाल नाल नहीं रलदी पई, 3000 रुपया पेंशन ते उहनां ने कर दित्ती होई है दिल्ली दे विच। देखो किसी चंगे जे बंदे नाल सोच मिलाउंदे ते असीं मानदे वी वधिया किसी दा नाम ले लिया, तुसीं उस बंदे दा नाम लिया जिहड़ा जिहदा मैं पंजाब च नाम नहीं लैणा चाहुंदा, क्योंकि केजरीवाल नूं आपां की समझ रहे, केजरीवाल जिहड़ा है ना वह बंदा एक RSS दा पार्ट आ, इहदे क्लीयर है उहदा काम की आ कि इन्हां ने बीजेपी दे एक पार्ट बनाया कि जे अगर किते वी बीजेपी नूं वोट नहीं ना पै रही उत्थे उहनां केजरीवाल नूं खड़ा कर रहे ने, ते मैं सोचदा कि केजरीवाल दा इत्थे कोई होंद जिहड़ी असीं किसी भी हालत च नहीं बण दित्ती जाऊगी। जेकर गल कर लईए आपां पिछले समें तो काफ़ी लंबे समें तो जे कांग्रेस जां अकाली दल तीसरा फ्रंट तुहानूं लगदा कि तीसरा फ्रंट जिहड़ा हैगा दुनिया मंगदी पई आ पंजाब दे विच? तीसरा फ्रंट तुहाडे सामने बैठा है संघर्ष दल जिहड़ा तीसरा फ्रंट है, और 2022 दी सरकार जिहड़ी वादे नाल असीं तुहानूं कहिंदे दावा करके कि 2022 दी सरकार जिहड़ी आ पंजाब दी जनता पूरे दिल दे नाल जिहड़ी आ सहयोग करके जिहड़ी बणाएगी।
ਕਿਸ ਤਰ੍ਹਾਂ ਕਿੰਨੀਆਂ ਸੀਟਾਂ ਜਿਹੜੀ ਤੁਹਾਡੇ ਵੱਲੋਂ ਟੋਟਲ ਲੜੀਆਂ ਜਾਣਗੀਆਂ ਜੀ? ਅਸੀਂ 117 ਸੀਟਾਂ ਤੇ ਪੂਰੀ ਇਲੈਕਸ਼ਨ ਲੜਾਂਗੇ ਔਰ ਪੂਰੇ ਦਾਅਵੇ ਦੇ ਨਾਲ ਜਿਹੜੀ ਅਸੀਂ ਆਪਾਂ ਸੀਟਾਂ ਜਿਹੜੀਆਂ ਕੱਢ ਕੇ ਤੇ 2022 ਦੀ ਸਰਕਾਰ ਬਣਾਵਾਂਗੇ। ਪਿਛਲੇ ਲੰਮੇ ਸਮੇਂ ਤੋਂ ਜੇਕਰ ਗੱਲ ਕਰ ਲਈਏ, ਕਿਸਾਨ ਵਿਚਾਰੇ ਜਿਹੜੇ ਹੈਗੇ ਨੇ ਕਾਫੀ ਲੰਮੇ ਸਿਰਾਂ ਤੋਂ ਜਿਹੜੇ ਧਰਨੇ ਤੇ ਬੈਠੇ ਹੋਏ ਨੇ, ਕਿਸ ਤਰ੍ਹਾਂ ਇਹਨਾਂ ਨੂੰ ਇਨਸਾਫ ਮਿਲ ਪਾਏਗਾ ਜਾਂ ਨਹੀਂ? ਦੇਖੋ ਜੀ, ਮੈਂ ਤੇ ਹੁਣ ਵੀ ਉਹਨਾਂ ਨੂੰ ਇਹੀ ਕੀਤੀ ਕਿ ਜਿਹੜੇ ਅੜੇ ਹੋਏ ਆਪਣੇ ਏਜੰਡੇ ਤੇ ਅੜੇ ਨੇ, ਅਗਰ ਕਿਸੇ ਕਾਰਨ ਉਹਨਾਂ ਨੂੰ ਨਹੀਂ ਮਿਲ ਪਾਉਂਦੀ ਤੇ 2022 ਦੇ ਵਿੱਚ ਤੇ ਮੇਰਾ ਪੱਕਾ ਵਾਅਦਾ ਹੈ ਕਿ ਅਗਰ ਪੰਜਾਬ ਦੀ ਜਨਤਾ ਜਿਹੜੀ ਆ ਸਾਥ ਦੇ ਕੇ ਜਿਹੜੀ ਹੈ ਸਾਡੀ ਸਰਕਾਰ ਬਣਾਉਂਦੀ ਅਖਿਲ ਭਾਰਤੀ ਸੰਘਰਸ਼ ਦਲ ਦੀ, ਔਰ ਮੈਂ CM ਬਣਦਾ ਹਾਂ ਤੇ ਮੈਂ 101% ਜਿਹੜਾ ਗਰੰਟੀ ਦੇਣਾ ਕਿ ਪਹਿਲੇ ਮਹੀਨੇ ਦੇ ਵਿੱਚ ਜਿਹੜੀ ਆਪਣਾ ਅਧਿਵੇਸ਼ਨ ਬੁਲਾ ਕੇ ਜਿਹੜਾ ਅਸੀਂ ਇਹਨਾਂ ਦੇ ਜਿਹੜੇ ਕਾਲੇ ਕਾਨੂੰਨ ਆ ਉਹਨਾਂ ਨੂੰ ਰੱਦ ਕਰਾਂਗੇ। ਜੇਕਰ ਗੱਲ ਕਰ ਲਈਏ ਵੱਡੀਆਂ ਪਾਰਟੀਆਂ, ਵੱਡੀਆਂ ਪਾਰਟੀਆਂ ਤੋਂ ਲੋਕ ਕਿਉਂ ਡਰਦੇ ਨੇ, ਕਿਉਂ ਮਤਲਬ ਛੋਟੀਆਂ ਪਾਰਟੀਆਂ ਤੋਂ ਆਉਣ ਦੇ ਨਾਲ ਕਿਉਂ ਮਤਲਬ ਡਰਦੇ ਨੇ ਜਿਹੜੇ ਲੋਕ ਹੁੰਦੇ ਨੇ, ਕਿਤੇ ਨਾ ਕਿਤੇ ਉਹਨਾਂ ਦੇ ਡਰ ਦਾ ਜਿਹੜਾ ਮਾਹੌਲ ਆ, ਕਿਉਂ ਉਹਨਾਂ ਦੇ ਮਨਾਂ ਦੇ ਵਿੱਚ ਜਿਹੜਾ ਡਰ ਹੈਗਾ ਵਾ, ਕਿਉਂ ਵੱਡੇ ਪਾਰਟੀਆਂ ਵਾਲਿਆਂ ਕੋ ਡਰ ਹੁੰਦਾ ਵਾ ਉਹਨਾਂ ਨੂੰ, ਕਿ ਜਾਂ ਜਾਣ ਬੁੱਝ ਕੇ ਉਹ ਮਤਲਬ ਇਹਨਾਂ ਪਾਰਟੀਆਂ ਦੇ ਨਾਲ ਚੱਲਦੇ ਨੇ? ਮੈਂ ਸਾਰੇ ਪੰਜਾਬ ਵਾਸੀਆਂ ਨੂੰ ਇਹ ਅਪੀਲ ਕਰਾਂਗਾ ਕਿ ਡਰ ਜਿਹੜਾ ਜਦ ਤੱਕ ਆਪਣੇ ਦਿਮਾਗ ਦਿਲੋਂ ਦਿਮਾਗ 'ਚੋਂ ਅਸੀਂ ਡਰ ਨਹੀਂ ਨਾ ਕੱਢਿਆ, ਉਹਨਾਂ ਚਿਰ ਆਪਾਂ ਆਪਣੇ ਸਮਾਜ ਵਾਸਤੇ ਕੋਈ ਵੀ ਇਹੋ ਜਿਹਾ ਜਿਹੜਾ ਆਪਣਾ ਹੱਕ ਨੇ ਉਹਨਾਂ ਨੂੰ ਆਪਾਂ ਨਹੀਂ ਲੈ ਸਕਦੇ। ਅਗਰ ਸ਼ਹੀਦ ਭਗਤ ਸਿੰਘ ਸੋਚਦਾ ਕਿ ਜਿਹੜੀ ਅੰਗਰੇਜ਼ ਸਰਕਾਰ ਹੈ ਜਿਹਦਾ ਕਦੀ ਵੀ ਸੂਰਜ ਨਹੀਂ ਡੁੱਬਦਾ, ਉਹਦੇ ਨਾਲ ਅਸੀਂ ਪੰਗਾ ਲੈ ਕੇ ਕਿਵੇਂ ਆਪਾਂ ਆਜ਼ਾਦੀ ਲੈ ਸਕਦੇ ਹਾਂ ਅਤੇ ਅੱਜ ਅਸੀਂ ਆਜ਼ਾਦ ਨਹੀਂ ਹੁੰਦੇ। ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਕਿ ਡਰ ਜਿਹੜਾ ਦਿਮਾਗ 'ਚੋਂ ਕੱਢ ਲਓ। ਅਗਰ ਕੋਈ ਵੱਡੇ ਤੋਂ ਵੱਡਾ ਚਾਹੇ ਲੀਡਰ ਹੈ ਚਾਹੇ ਕੋਈ ਵੀ ਹੈਗਾ ਹੈ, ਉਹਦਾ ਵੀ ਆਪਣਾ ਪਰਿਵਾਰ ਹੈ, ਆਪਣੇ ਬੱਚੇ ਨੇ, ਉਹ ਇਹ ਤਾਂ ਹੈ ਨਹੀਂ ਵੀ ਉਹ ਹਰ ਵੇਲੇ ਜਹਾਜ਼ ਦੇ ਉੱਤੇ ਉੱਤੇ ਉੱਡਦਾ ਰਹਿੰਦਾ ਔਰ ਸੜਕ 'ਤੇ ਨਹੀਂ ਚੱਲਦਾ। ਜਦੋਂ ਦਿਮਾਗ 'ਚੋਂ ਇਹ ਚੀਜ਼ਾਂ ਕੱਢੀਆਂ, ਡਰ ਸਾਡੇ ਨਾਲੋਂ ਵੱਧ ਜਿਹੜਾ ਉਹਨਾਂ ਲੀਡਰਾਂ ਨੂੰ ਡਰ ਆ, ਇਸ ਕਰਕੇ ਅਸੀਂ ਪਹਿਲਾਂ ਹੀ ਜਿਹੜਾ ਆਪਣਾ ਡਰ ਦਿਮਾਗ 'ਚੋਂ ਕੱਢ ਕੇ ਜਿਹੜਾ ਇਸ ਪਾਰਟੀ ਵਾਸਤੇ ਜਿਹੜਾ ਅਸੀਂ ਉਤਰੇ ਹਾਂ ਔਰ ਜਿਹੜਾ ਨੈਸ਼ਨਲ ਬਾਡੀ ਨੇ ਸਾਡੀ ਨੇ ਜਿਹੜਾ ਸਾਨੂੰ CM ਦੇ ਅਹੁਦੇ ਵਾਸਤੇ ਜਿਹੜਾ ਅਨਾਊਂਸ ਕੀਤਾ ਹੈ, ਅਸੀਂ ਇਹ ਇੱਕ ਪੂਰੇ ਆਮ ਜਨਤਾ ਨੂੰ, ਪੰਜਾਬ ਦੀ ਜਨਤਾ ਨੂੰ ਮੈਂ ਅਪੀਲ ਕਰਦਾ ਕਿ ਕਿਸੇ ਵੀ ਕਿਸਮ ਦਾ ਤੁਸੀਂ ਡਰ ਭੈ ਜਿਹੜਾ ਦਿਮਾਗ 'ਚੋਂ ਕੱਢ ਦਿਓ। ਕੋਈ ਕਿਸੇ ਦੀ ਹਿੰਮਤ ਨਹੀਂ ਕਿ ਕਿਸੇ ਨਾਲ ਕੋਈ ਫਾਲਤੂ ਗੱਲ ਕਰ ਜਾਵੇ, ਕਿਉਂਕਿ ਅਗਰ ਉਹ ਕਹਿੰਦੇ ਨਾ ਇੱਕ ਮਾਰੋਗੇ ਤਾਂ ਹਮ ਚਾਰ ਮਾਰੇਂਗੇ, ਠੀਕ ਹੈ, ਅਤੇ ਇਹ ਹੈ ਨਹੀਂ ਕਿ ਉਹਨਾਂ ਦੇ ਬੱਚੇ ਨਹੀਂ ਹੈਗੇ, ਉਹਨਾਂ ਦਾ ਪਰਿਵਾਰ ਨਹੀਂ ਹੈਗਾ, ਅਗਰ ਸਾਡਾ ਪਰਿਵਾਰ ਹੈ ਤਾਂ ਉਹਨਾਂ ਦਾ ਪਰਿਵਾਰ ਵੀ ਹੈਗਾ, ਉਹਨਾਂ ਨੂੰ ਸਾਡੇ ਤੋਂ ਵੱਧ ਡਰ ਹੈ। ਇਸ ਕਰਕੇ ਕਿਸੇ ਕੋਲ ਡਰਨ ਦੀ ਲੋੜ ਨਹੀਂ ਹੈ, ਜੋ ਸਾਡੇ ਰਾਈਟਸ ਨੇ, ਜੋ ਸਾਡੇ ਹੱਕ ਹੈ ਉਹਨੂੰ ਲੈਣ ਵਾਸਤੇ ਅਸੀਂ ਹਰ ਤਰੀਕੇ ਨਾਲ ਤਿਆਰ ਹੈ। ਠੋਲ ਸਾਹਿਬ, ਅੱਜ ਗੱਲ ਕਰ ਲਈਏ ਆਪਾਂ ਮੁੱਦਿਆਂ ਦੀ, ਜੇ ਨਸ਼ਿਆਂ ਦੇ ਮੁੱਦਿਆਂ ਦੀ ਗੱਲ ਕਰ ਲਈਏ ਜਾਂ ਹੋਰ ਮੁੱਦੇ ਜਿਹੜੇ ਹੈਗੇ ਨੇ, ਕੈਪਟਨ ਸਰਕਾਰ ਨੇ ਇੱਕ ਕਸਮ ਖਾਧੀ ਸੀ ਕਿ ਇੱਕ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਕਿ ਅਸੀਂ ਪੰਜਾਬ ਦੇ ਵਿੱਚੋਂ ਜਿਹੜੇ ਨਸ਼ੇ ਹੈਗੇ ਆ ਇੱਕ ਹਫ਼ਤੇ 'ਚ ਬੰਦ ਕਰ ਦਾਂਗੇ। ਮੇਰੇ ਖਿਆਲ ਨਾਲ ਹੁਣ 4 ਸਾਲ ਬੀਤਣ 'ਤੇ ਆ ਗਏ ਆ, ਅਜੇ ਤੱਕ ਵੀ ਜਿਹੜੇ ਉਹ ਨਸ਼ੇ ਹੈਗੇ ਆ ਕਿਉਂ ਨਹੀਂ ਬੰਦ ਹੋ ਰਹੇ? ਕੀ ਸਮਝਦੇ ਹੋ ਕਿ ਪ੍ਰਸ਼ਾਸਨ ਨਾਲ ਰਲਿਆ ਹੋਇਆ? ਗੁਟਕਾ ਸਾਹਿਬ ਹੈ ਉਹ ਜਿਹੜਾ ਸਿੱਖ ਧਰਮ ਹੈ ਉਹਦਾ ਸਭ ਤੋਂ ਪਵਿੱਤਰ ਅਤੇ ਪਾਕ ਸਾਡਾ ਇੱਕ ਗ੍ਰੰਥ ਹੈ। ਇਹ ਬੜੀ ਮੰਦਭਾਗੀ ਘਟਨਾ ਹੈ ਕਿ ਜਿਹੜੇ ਲੀਡਰ ਨੇ ਉਹ ਇਹਨਾਂ ਚੀਜ਼ਾਂ ਨੂੰ ਇੱਕ ਆਮ ਜਿਹੀ ਗੱਲ ਸਮਝਦੇ ਨੇ, ਲੇਕਿਨ ਜਿਹੜਾ ਇੱਕ ਸਿੱਖ ਤੋਂ ਕੌਮ ਹੈ ਆਮ ਕੌਣ ਸਮਝਦਾ ਹੈ ਕੈਪਟਨ? ਬਿਲਕੁਲ ਜੀ, ਉਹ ਤਾਂ ਹੁਣ ਦੱਸਣ ਦੀ ਲੋੜ ਨਹੀਂ, ਜਿੰਨੇ ਸਹੁੰ ਖਾਧੀ ਹੈ ਅਤੇ ਤਾਂ ਮਤਲਬ ਉਹਨੂੰ ਮੈਂ ਇੰਡੀਕੇਟ ਕਰ ਰਿਹਾ ਕਿ ਉਹਨੇ ਇੱਕ ਇਹਨੂੰ ਗੁਟਕਾ ਸਾਹਿਬ ਨੂੰ ਇੱਕ ਆਮ ਚੀਜ਼ ਸਮਝੀ, ਜਦਕਿ ਇੱਕ ਜਿਹੜਾ ਜਿਹੜਾ ਸਿੱਖ ਧਰਮ ਵਾਸਤੇ ਜਿਹੜਾ ਸਭ ਤੋਂ ਪਾਕ ਅਤੇ ਪਵਿੱਤਰ ਜਿਹੜਾ ਇਹ ਗ੍ਰੰਥ ਸਾਹਿਬ ਹੈ, ਗੁਟਕਾ ਸਾਹਿਬ ਵੀ ਇੱਕ ਗ੍ਰੰਥ ਦਾ ਹੀ ਪਾਰਟ ਹੈ, ਅਤੇ ਇਸ ਕਰਕੇ ਮੈਂ ਚਾਹੁੰਦਾ ਗੱਲ ਕਰ ਲਈਏ। ਅਕਾਲੀ ਦਲ ਨੇ ਬੇਅਦਬੀ ਕਰਾ ਦਿੱਤੀ, ਅਕਾਲੀ ਦਲ ਨੇ ਬੇਅਦਬੀ ਕਰਾ ਦਿੱਤੀ, ਕੈਪਟਨ ਸਰਕਾਰ ਨੇ ਨਸ਼ਿਆਂ ਦੀ ਗੁਟਕਾ ਸਾਹਿਬ ਖਾ ਕੇ ਸਹੁੰ ਕਰ ਲਈ, ਕਿਤੇ ਨਾ ਕਿਤੇ ਸਮਝਦੇ ਨਹੀਂ ਕਿ ਮਿਲੀਆਂ ਭੁਗਤਾਂ ਨਾਲ ਹੀ ਇਹ ਸਭ ਕੁਛ ਚੱਲਦਾ? ਇਹ ਸਾਰੇ ਦਾਲ ਖਿਚੜੀ ਇਕੱਠੇ ਹੀ ਨੇ, ਇਕੱਠੇ ਬੈਠ ਕੇ ਖਾਂਦੇ ਪੀਂਦੇ ਨੇ, ਇਕੱਠੇ ਰਿਸ਼ਤੇਦਾਰੀਆਂ, ਲੋਕਾਂ ਨੂੰ ਜਿਹੜਾ ਬਾਰੋਂ ਬਾਰੋਂ ਗੁੰਮਰਾਹ ਕੀਤਾ ਜਾਂਦਾ ਹੈ ਤਾਂ ਕਿ ਆਪਸ ਵਿੱਚ ਲੜਾਉਂਦੇ ਰਹਿੰਦੇ ਔਰ ਸ਼ਾਮਾਂ ਨੂੰ ਬਹਿ ਕੇ ਸਾਰੇ ਇਕੱਠੇ ਬੈਠੇ ਹੁੰਦੇ ਨੇ, ਇਹ 'ਚ ਤਾਂ ਸਾਰੀ ਦਾਲ ਖਿਚੜੀ ਇੱਕੋ ਹੀ ਆ। ਅਤੇ ਇਸ ਕਰਕੇ ਮੈਂ ਚਾਹੁੰਦਾ ਵੀ ਕੋਈ ਇਹ ਨਾ ਸੋਚੋ ਕਿ ਅਸੀਂ ਪੱਕੇ ਕਾਂਗਰਸੀ ਹਾਂ, ਪੱਕੇ ਅਕਾਲੀਏ ਹਾਂ ਜਾਂ ਪੱਕੇ BJP ਹੈ, ਦਿਮਾਗ 'ਚੋਂ ਕੱਢ ਕੇ ਥੋੜ੍ਹਾ ਜਿਹਾ ਆਪਣੇ ਪਰਿਵਾਰ ਵਾਸਤੇ, ਆਪਣੇ ਸਮਾਜ ਵਾਸਤੇ ਜਿਹੜਾ ਸੋਚ ਕੇ ਜਿਹੜਾ ਤੁਸੀਂ ਆਪਣਾ ਜਿਹੜਾ 2022 ਦੇ ਵਾਸਤੇ ਜਿਹੜਾ ਅੱਗੇ ਕਦਮ ਚੁੱਕੋ ਤਾਂ ਕਿ ਆਪਾਂ ਇਹਨਾਂ ਚੀਜ਼ਾਂ ਤੋਂ ਜਿਹੜਾ ਆਪਣੇ ਆਉਣ ਵਾਲਾ ਫਿਊਚਰ ਹੈ ਉਹਨੂੰ ਬਚਾ ਸਕਦੇ ਹਾਂ। ਲਾਸਟ ਸਵਾਲ ਮੇਰਾ ਹੈਗਾ, 2 ਸਵਾਲ ਲਾਸਟ ਤੁਹਾਨੂੰ ਕਰਾਂਗਾ ਕਿ ਜਿਹੜੇ ਨਵੀਂ ਪਾਰਟੀ ਤੋਂ ਤੁਹਾਨੂੰ ਹੈਗਾ ਵਾ, ਨਵੀਂ ਪਾਰਟੀ ਵੱਲੋਂ ਲੋਕਾਂ ਨੂੰ ਕੀ ਸੁਨੇਹਾ ਵਾ ਤੁਹਾਡੇ ਵੱਲੋਂ, ਜਿਹੜੀ ਲੋਕ ਅਜੇ ਵੀ ਹੈਗੇ ਨੇ ਆਪਣੇ ਘਰਾਂ ਦੇ ਵਿੱਚ ਜਿਹੜੇ ਲੋਕ ਇਹਨਾਂ ਤੋਂ ਡਰਦੇ ਨੇ ਕਿ ਯਾਰ ਕਾਂਗਰਸ ਦੇ ਖਿਲਾਫ਼ ਬੋਲਾਂਗੇ ਤਾਂ ਪਤਾ ਨਹੀਂ ਸਾਡੇ 'ਤੇ ਪਰਚੇ ਕਰਾ ਦੇਣਗੇ, ਜਾਂ ਅਕਾਲੀ ਦਲ ਦੇ ਆਉਣਗੇ ਤਾਂ ਸਾਡੇ 'ਤੇ ਪਰਚੇ ਹੋ ਜਾਣਗੇ? ਕੀ ਸਮਝਦੇ ਹੋ ਇਹਨਾਂ ਨੂੰ? ਅਕਾਲੀ ਦਲ ਨੂੰ ਵੀ ਦੇਖਦਾ ਪਿਆ ਵਾ, ਕਾਂਗਰਸ ਨੂੰ ਵੀ ਦੇਖਦਾ ਪਿਆ, ਦੇਖਦਾ BJP ਨੂੰ ਵੀ ਪਿਆ ਵਾ, ਪਰ ਕਿਉਂ ਅਜੇ ਵੀ ਲੋਕ ਜਿਹੜੇ ਹੈਗੇ ਨੇ ਉਹਨਾਂ ਦਾ ਡਰ ਦਾ ਖੌਫ ਜਿਹੜਾ ਹੈਗਾ ਵਾ, ਦੁਨੀਆ ਕਿਉਂ ਨਹੀਂ ਖੁੱਲ੍ਹ ਕੇ ਅੱਗੇ ਆ ਰਹੀ?
मैं सारिआं नूं अपील करदा पंजाब दी जनता नूं कि डुबदा जहाज ने डुबदे जहाज वल तुहानूं जाण दी लोड़ नहीं, चढ़दा सूरज वल नूं तुसीं कदम चुको, तुहानूं किसे किस्म दी डरन दी लोड़ नहीं, हर वेले असीं तुहाडे नाल खड़े हाँ। क्योंकि जब तक दिमाग चों आपां इह चीज़ नहीं कढ़दे आपां कदी भी अपना जिहड़ा आउण वाला फ्यूचर है उहनूं कदी भी बना नहीं सकते। तो इस करके मैं सारिआं नूं दुबारा अपील करदा कि किसी ने भी किसी पुरानी पार्टी तो डरन की लोड़ नहीं है, तुसीं सीधे होकर जिहड़ा ग्राउंड ते उतरो और जिहड़े अपने हक्कां वास्ते जिहड़ा इह नवीं पार्टी जिहड़ी अखिल भारतीय संघर्ष दल जिहड़ी हुण सामने आई है इहनूं साथ दे के आपां 2022 की सरकार बणाईए, फिर तुहानूं आप ही रिजल्ट मिल जाणे आ कि आउण वाले समें दे विच ते जिहड़ा पिछला समां सी उहदे च की फर्क नज़र आया। कि स्ट्रगल की रहा तुहाडी जिंदगी दे विच अजे तक? रौल साहब तुहानूं देख लईए, सानूं भी 12 साल 10 साल हो गए ने पत्रकारी करदे आ, पर काफ़ी लंबे सिर तो तुसीं लगे हुए हो। जे गल कर लईए हुण अखिल भारतीय संघर्ष दल की जिहड़ी नवीं पार्टी तुसीं बनाई होई है, कदों की बनी हुई है ते पत्रकारां दे लई की करेगी, किस तरह मतलब पत्रकारां नूं अज भी देख लईए कि बीजेपी सरकार लगा लईए, अकाली दल लगा लईए, चाहे वह कांग्रेस, जिहड़े पत्रकारां नूं हैगे ने क्यों नहीं अपने मन दे जिहड़े हक हैगे क्यों नहीं मिलदे, आम बंदे नूं किस तरह मिलणगे जे पत्रकारां नूं ही नहीं मिलदे? ते क्योंकि पत्रकार भाईचारा जिहड़ा देश दा चौथा स्तंभ है, जिहदे सिर ते सारी जिहड़ी आ देश दी जिहड़ी आ कोई भी आने वाला फ्यूचर है और चल रहा एट प्रेजेंट जो हो रहा वो सारा जब तक मीडिया नहीं उन्होंने दिखाता उन्ने चिर कुछ भी आप नहीं कर सकते। इस करके पत्रकार भाईचारे वास्ते असी अपने एजेंडे भी सब तो सख जिहड़ा कानून पास करांगे, एक SIT का गठन किया जाएगा, उहदे विच इह होगा कि अगर किसी भी पत्रकार भाईचारे नाल कोई भी अधिकारी जां कर्मचारी उन्हों किसी भी किस्म की बदतमीजी करता है जां कोई टच करता है जां गलत तरीके नाल उन्हों फसाउण की कोशिश की जाती है, तुरंत उहदी जिहड़ी आ अरैसट की जाएगी उस कर्मचारी या अधिकारी की और उन्हों जेल भेजा जाएगा, उस तो पहला उहदी कोई सुनवाई नहीं होएगी। जदों उहदे ते जिहड़ी SIT जिहड़ी कार्रवाई करेगी चैक करेगी भी जे वह बेदोष पाया जाता है तो फिर उहदे उत्ते कोई ना कोई रहम होएगा, लेकिन पत्रकार भाईचारे की एक पावर जिहड़ी है वह बिल्कुल होण दे विच लिआंदी जाएगी। किसानां दे हक च तुहाडी पार्टी वालों की साथ होएगा जी, किन्ना खरे उतरोगे तुसीं किसानां दे लई? असी जिहड़ा अपना मैनीफेस्टो चोण मैनीफेस्टो असी उहनूं प्रोपर मजिस्ट्रेट तों अटैसट करवा के दे रहे हां, पंजाब दी जनता दे सामने जिहड़ा सौंपांगे असी उहनूं एफीडेविट बना के लीगल एविडेंस बना के दे रहे हां, तां कि जो असी उहदे विच लिखिआ वा उहनूं 101% असी करांगे, अगर उहदे विचों कोई भी काम जिहड़ा नहीं करदे ते पंजाब दी जनता नूं पूरा अधिकार होएगा कि साडे ते कानूनी कार्रवाई कर सकदी है, साडी सरकार ते कार्रवाई कर सकदी है। और किसानां वास्ते जो मैं कहा कि जिहड़ा जिद्दण साडी सरकार बनदी है एक महीने दे विच असी जिहड़ा अधिवेशन तों मता पास करके विधानसभा दे विच जिहड़े काले कानूनां नूं रद्द करांगे। सो इह सन साडे नाल सरदार बलदेव सिंह ठौल जी, जिन्हां ने गल कीती है कि बिल्कुल जिस तरह के भी किसानां दे किसी तरह के भी कोई मुद्दे होणगे तां उहनां नाल मोढे नाल मोढा ला के हर कमों भी इत्थों तक कि जिहड़े हैगे ने किसान विचारे हैगे ने जां दलित परिवार किसी वल्लों भी लगा लेणी कि जिहड़े 2022 दे इहनां दे आउण वाले इलैक्शन होणगे पूरे 13 तों 13 जिहड़ियां सीटां होणगियां वो लड़ियां जाणगियां, 117 जिहड़ियां सीटां हैगियां वो लड़ियां जाणगियां। हुण देखण वाला टाइम यही हैगा वा कि दुनिया जिहड़ी हैगी आ वाकई वो तीसरा फ्रंट जिहड़ा हैगा वा कि जिहड़ी दुनिया वाकई कितें ना कितें जिहड़ी कहिंदी है कि आपां अकाली दल तों अके होए हां जां कांग्रेस तों अके होए हां जां आप तों अके होए हां, किसी पार्टी तों भी लगा लईए हुण इह पार्टी नूं किन्ना कु पंजाब दे विच बल मिलदा इह तां आउण वाला वक्त ही दसेगा। तुसीं देखदे रहो साइन TV दे नाल, जो भी अगे दी अपडेट होएगी तुहानूं अगे तों अगे अपडेट दिखाते रहांगे, इह तां आउण वाला वक्त ही दसेगा कि इह पार्टी किन्ने कु पानी च हैगी है जां किन्ने कु रंग लिआ पाउंदी है दुनिया दे विच। होर भी जिहड़ियां नवीआं पार्टियां हैगीआं क्यों इहनां नूं जिहड़ा हैगा वा वाकई इह गल कितें ना कितें देखण वाली हैगी है कि पंजाब दे विच जेकर पार्टियां जिहड़ियां अकाली दल हैगीआं जां BJP हैगीआं जां कांग्रेस हैगीआं कितें ना कितें जिहड़ियां हैगीआं फिक्कियां पई जांदियां पईआं ने, क्यों कि जेकर इही पार्टियां इहनां नूं जिहड़ा इहनां दा बनदा मान समान हैगा वा पंजाब दे लोकां नूं देण तां मेरे ख्याल नाल इहनां नूं पार्टी बनाउण दी कोई लोड़ ना पवे। तुसीं देखदे रहो साइन TV दे नाल, कैमरामैन गुरदयाल सिंह दे नाल सनी सोहोता दी खास रिपोर्ट। मारुति दी नवी गड्डी खरीदण वालियां लई मरवाहा ऑटोज लेके आए हन शानदार ऑफर्स, तुसी भी सुन के रह जाओगे हक्के बक्के। हुण पाओ 50,000 रुपए तक दे डिस्काउंट नाल अपनी मनपसंद कार ते नाल ही मिलणगे दिल खिचवे इनाम।
ਇਨਾ ਹੀ ਨਹੀਂ ਤੁਸੀਂ ਆਪਣੀ ਪੁਰਾਣੀ ਗੱਡੀ ਬਦਲੇ ਲੈ ਜਾਓ ਨਵੀਂ ਗੱਡੀ ਫੈਸਟੀਵਲ ਸੀਜ਼ਨ ਮੌਕੇ ਕਿਸਾਨ ਭਰਾਵਾਂ ਲਈ ਹੋਰ ਵੀ ਬਹੁਤ ਕੁਝ ਹੈ ਖਾਸ ਜੇ ਤੁਸੀਂ ਵੀ ਗੱਡੀ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਆਓ ਮਰਵਾਹਾ ਆਟੋਸ ਫਗਵਾੜਾ ਹਾਈਵੇ ਜੀਟੀ ਰੋਡ ਜਲੰਧਰ ਸੋਚੋ ਨਾ ਅੱਜ ਹੀ ਪਹੁੰਚੋ ਕਿਤੇ ਮੌਕਾ ਹੱਥੋਂ ਨਿਕਲ ਨਾ ਜਾਏ ਅੱਜ ਹੀ ਕਾਲ ਕਰੋ 9872 82700 99686 99686